ਇਹ ਭੁਲੇਖਾ ਹੈ ਨਾ ਉਹ ਸਰ ਭਗਵੰਤ ਸਿੰਘ ਮਾਨ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਵੀ ਇੱਥੇ ਸ਼ਾਇਦ ਫੋਟੋਆਂ ਦੀ ਅਦਲੀ ਬਦਲੀ ਕਰਕੇ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ ਜਿਹੜਾ ਚੰਡੀਗੜ੍ਹ ਵਾਲਾ ਮੁੱਦਾ ਹੈ ਜਾਂ BBMP ਵਾਲਾ ਮੁੱਦਾ ਹੈ ਠੀਕ ਹੈ ਅਸੀਂ ਠਾ ਰਹੇ ਹਾਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਮਤੇ ਪਾਸ ਕਰ ਰਹੇ ਹਾਂ ਪਰ ਲੋਕ ਇਹ ਵੀ ਤਾਂ ਪੁੱਛਣਗੇ ਕਿਹੜਾ ਜਦੋਂ ਭਗਵੰਤ ਮਾਨ ਜੀ ਗਏ ਸੀ ਪ੍ਰਧਾਨ ਮੰਤਰੀ ਜੀ ਕੋ ਉਦੋਂ ਕਿਉਂ ਨਹੀਂ ਠਾਇਆ ਮੁੱਦਾ BBMP ਦਾ ਉਦੋਂ ਕਿਉਂ ਨਹੀਂ ਚੰਡੀਗੜ੍ਹ ਦਾ ਠਾਇਆ ਉਦੋਂ ਤਾਂ ਅਸੀਂ ਕਹਿ ਲਾਪਿਆ ਵੀ ਸਾਨੂੰ 1 ਲੱਖ ਕਰੋੜ ਰੁਪਏ ਜੇਦੋਂ ਦੇ ਦਿਓ ਇੱਥੇ ਦੇਖੋ ਰਾਗਵ ਚੱਡਾ ਜੀ ਸਾਡੇ ਰਾਜ ਸਭਾ ਦੇ ਮੈਂਬਰ ਬਣੇ ਨੇ ਤੇ ਰਾਗਵ ਚੱਡਾ ਜੀ ਪਰਾਲੀ ਦੇ ਧੂਏ ਬਾਰੇ ਦਿੱਲੀ ਬੈਠ ਕੇ ਜੋ ਗੱਲਾਂ ਕਰਦੇ ਰਿਹਾ ਉਹ ਵੀ ਸੋਚਣ ਦੀ ਲੋੜ ਹੈ ਰਾਗਵ ਚੱਡਾ ਜੀ ਜਾਂ ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਦੇ ਉਹ ਵੀ ਸੋਚਣ ਦੀ ਲੋੜ ਹੈ ਕੱਲ ਨੂੰ ਪਾਣੀਆਂ ਦਾ ਮਸਲਾ ਵੀ ਆਉਣਾ ਹੈ ਕੱਲ ਨੂੰ ਇਹਨਾਂ ਨੇ ਕਿਹਾ ਦਿੱਲੀ ਨੂੰ ਵੱਧ ਪਾਣੀ ਚਾਹੀਦਾ ਹੈ ਅੱਜ ਦੇਖੋ ਲੋਕ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਰਾਜ ਸਭਾ ਦੇ ਮੈਂਬਰਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਅਸੀਂ ਪੰਜ ਲੱਭੇ ਨੇ ਤੇ ਪੰਜਾਂ ਦੇ ਵਿੱਚੋਂ ਮੇਰਾ ਨਹੀਂ ਖਿਆਲ ਕਿ ਕੋਈ 5 ਮਿੰਟ ਵੀ ਰਾਜ ਸਭਾ ਜਾ ਕੇ ਪੰਜਾਬ ਦੇ ਕਿਸੇ ਮੁੱਦੇ ਬਾਰੇ ਬੋਲ ਸਕਦੇ ਹੋਣ। ਰਹਿਮਾਨ ਸਾਹਬ ਨੇ ਐਲਾਨ ਕਰਤਾ ਕਿ ਜਿੰਨੀਆਂ ਵੀ ਹੁਣ ਤੱਕ ਗ੍ਰਾਂਟਾਂ ਪਿੰਡਾਂ ਚ ਗਈਆਂ ਉਹਨਾਂ ਰੋਕ ਦੇਣਾ। ਹਾਂ ਬੰਦ ਕਰ ਦੇਣਾ। ਮੈਂ ਸਮਝਦਾ ਹਾਂ ਕਿ ਇਹ ਸਰਕਾਰ ਡਿਵੈਲਪਮੈਂਟ ਵਿਰੋਧੀ ਹੈ। ਕਿਸੇ ਪਿੰਡ ਦੀ ਮਿੰਨਤੀ ਕਰਾ ਲੈਣ ਕਿੰਨੀ ਗ੍ਰਾਂਟ ਆਈ ਹੈ ਕਿੰਨੇ ਲੱਗੇ ਆ ਆਪੇ ਪਤਾ ਲੱਗ ਜੂਗਾ ਕਪੜਿਆਂ ਦੀ ਨਕਵਾਰੀ ਕਰਵਾਓ। ਉਹ ਸਾਈਮਲਟੇਨियसਲੀ ਚਲਣੀ ਚਾਹੀਦੀ ਹੈ। ਥੋੜੇ ਵੀ ਹਲਕੇ ਦੇ ਵਿੱਚ ਜੇ ਮੰਨ ਲਓ ਨਿਕਲਦੇ ਆ ਮੈਂ ਨਾ ਉਹਦੇ ਖਿਲਾਫ ਉਹਦੇ ਖਿਲਾਫ ਕਾਰਵਾਈ ਕਰਨ ਜੇ ਮੇਰੇ ਖਿਲਾਫ ਕੋਈ ਨਿਕਲਦੀ ਮੇਰੇ ਖਿਲਾਫ ਕਾਰਵਾਈ ਕਰੋ ਮੈਂ ਤੇ ਕਹਿੰਦਾ ਮਹਿੰਦੀ ਕਰਾ ਲਓ ਮੇਰੀ ਜਾਤੀ ਤੌਰ ਤੇ ਕੋਈ ਰਿਸ਼ਤੇਦਾਰੀ ਨਹੀਂ ਸਦਾ ਨਵਜੋਤ ਸਿੰਘ ਸਿੱਧੂ ਨਾਲ ਜਾਤੀ ਤੌਰ ਤੇ ਮੇਰੀ ਕੋਈ ਲਾਈਕਿੰਗ ਡਿਸਲਾਈਕਿੰਗ ਹੋ ਸਕਦੀ ਆ ਪਰ ਅੱਜ ਜੇ ਕੋਈ ਅਲਕ ਜਗਾ ਸਕਦਾ ਉਹ ਸਦਾ ਨਵਜੋਤ ਸਿੰਘ ਸਿੱਧੂ ਜਗਾ ਸਕਦਾ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਵੀਆ ਵਿਧਾਨ ਸਭਾ ਦੇ ਨਤੀਜੇ ਸਾਰਿਆਂ ਨੂੰ ਹੀ ਪਤਾ ਹੈ ਪਰ ਉਹ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਹੈ ਜਿਹੜੀ ਉਦੇ ਵਿੱਚ ਇੱਕ ਕੰਪੀਟੀਸ਼ਨ ਵੀ ਹੈ ਕਿ ਵਿਰੋਧੀ ਧਿਰ ਦਾ ਆਗੂ ਕੌਣ ਬਣੇ ਤੇ ਇਹਦੇ ਨਾਲ ਇੱਕ ਸੋਚ ਵੀ ਹੈ ਕਿ ਪ੍ਰਧਾਨ ਕੌਣ ਬਣੂਗਾ ਤੇ ਜਿਹੜੀ ਸਰਕਾਰ ਇਸ ਸਮੇਂ ਪਰਫਾਰਮ ਕਰ ਰਹੀ ਹੈ ਸੱਤਾ ਦੇ ਵਿੱਚ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਹਰਮਿੰਦਰ ਸਿੰਘ ਗਿੱਲ ਨੇ ਜਿਹੜੇ ਕਾਂਗਰਸ ਦੇ ਆਗੂ ਨੇ ਸਾਬਕਾ ਐਮਐਲਏ ਨੇ ਪੱਟੀ ਹਲਕੇ ਤੋਂ ਇਹ ਪਹਿਲੀ ਇੰਟਰਵਿਊ ਹੈ ਜਿੰਨਾ ਦੇ ਵਿੱਚ ਇਹਨਾਂ ਨੂੰ ਮੈਂ ਸਾਬਕਾ ਕਹਿ ਰਿਹਾ ਨਹੀਂ ਪਹਿਲਾਂ ਚਲੋ ਰਾਜਨੀਤੀ ਹੈ ਜਿੱਤ ਹਾਰ ਤਾਂ ਗੱਲ ਸਾਹਿਬ ਤਾਂ ਹੋਣਾ ਹੀ ਹੁੰਦਾ ਪਰ ਜੇ ਕਾਂਗਰਸ ਦੀ ਗੱਲ ਕਰ ਗਏ ਆ ਕਿ ਕਿਹੜੇ-ਕਿਹੜੇ ਫੈਕਟਰ ਰਹੇਗੇ ਵਿਰੁੱਧ ਕਾਂਗਰਸ ਦੇ ਦੇਖੋ ਅਸਲ ਦੇ ਵਿੱਚ ਲੋਕਾਂ ਨੂੰ ਬਦਲਾ ਲੋਕਾਂ ਨੂੰ ਚੇਂਜ ਚਾਹੀਦੀ ਸੀ ਲੋਕ ਕਈਆਂ ਮਸਲਿਆਂ ਦੀ ਥੋੜੀ ਤਬਦੀਲੀ ਪਾਲਦੇ ਸੀ ਬਹੁਤ ਸਾਰੇ ਮਸਲੇ ਪੰਜਾਬ ਦੇ ਹੈਗੇ ਨੇ ਜਿਹਦੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤਰਜੀਹ ਦਿੱਤੀ ਹੈ ਇੱਕ ਬਦਲਦੇ ਰੂਪ ਵਿੱਚ ਜਦੋਂ ਆਮ ਆਦਮੀ ਨੇ ਇਹ ਨਾਰਾ ਦਿੱਤਾ ਹੈ ਕਿ ਤੁਸੀਂ ਅਕਾਲੀ ਦਲ ਵਾਲੇ ਵੀ ਵੇਖਿਆ ਕਾਂਗਰਸ ਵਾਲੇ ਵੇਖਿਆ ਇੱਕ ਵਾਰੀ ਆਮ ਆਦਮੀ ਨੂੰ ਮੌਕਾ ਇੱਕ ਦਿਓ ਲੋਕਾਂ ਨੇ ਮੌਕਾ ਦਿੱਤਾ ਹੈ ਪੰਜਾਬ ਦੇ ਮਸਲੇ ਬਹੁਤ ਜ਼ਿਆਦੇ ਨੇ ਜਿਹੜੇ ਲੌਂਗ ਪੈਂਡਿੰਗ ਵੀ ਨੇ ਲੋਕ ਚਾਹੁੰਦੇ ਸੀ ਉਹਨਾਂ ਦਾ ਕੋਈ ਹੱਲ ਨਿਕਲੇ ਉਹ ਹੱਲ ਹਲੇ ਨਿਕਲਣੇ ਲੋਕ ਬਹੁਤ ਸਾਹ ਰੋਕ ਕੇ ਬੈਠੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਮਸਲਿਆਂ ਬਾਰੇ ਕੋਈ ਨਾ ਕੋਈ ਗੱਲ ਕਰੇ ਹੁਣ ਦਿਨ ਅਡਿਕ ਬੀਤਦੇ ਜਾ ਰਹੇ ਨੇ ਮਸਲੇ ਸਰਕਾਰ ਕਹਿ ਰਹੀ ਆ ਕਿ ਅਸੀਂ ਵੇਖੋ ਜੀ ਕਰਪਸ਼ਨ ਬੰਦ ਕਰਦੀ ਆ ਜਿਵੇਂ ਕੱਲ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਜਾ ਕੇ ਕਿਹਾ ਕਿ ਮੈਂ ਭਗਵੰਤ ਮਾਨ ਜੀ ਨੂੰ ਬੜੀ ਵਧਾਈ ਦੇਣਾ ਦਸਾਂ ਦਿਨਾਂ ਵਿੱਚ ਪੰਜਾਬ ਚੋਂ ਕਰਪਸ਼ਨ ਖਤਮ ਕਰ ਦਿੱਤੀ ਹੈ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਦੋ ਨਾਇਬ ਤਹਿਸੀਲਦਾਰ ਫੜ ਕੇ ਜਾਂ ਕੋਈ ਕਲਰਕ ਫੜ ਕੇ ਕਰਪਸ਼ਨ ਪੰਜਾਬ ਦੀ ਬੰਦ ਨਹੀਂ ਹੋ ਸਕਦੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਰਪਸ਼ਨ ਜਿਹੜੀ ਹੈ ਇਹ ਲੋਕ ਠੀਕ ਆਉਡੀ ਕਰਦੇ ਨੇ ਕਿ ਸਾਡੇ ਐਮਐਲਏ ਈਮਾਨਦਾਰ ਹੋਣ ਸਾਡੇ ਮੰਤਰੀ ਈਮਾਨਦਾਰ ਹੋਣ ਸਾਡੇ ਮੁੱਖ ਮੰਤਰੀ ਈਮਾਨਦਾਰ ਹੋਣ ਮੈਂ ਆਪਣੀ ਜਾਤੀ ਤਜਰਬੇ ਤੋਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਲੋਕ ਇਲੈਕਸ਼ਨਾਂ ਲੜਦੇ ਆ ਸਾਡੇ ਕੋਲੇ ਪ੍ਰੈਸ ਦੇ ਕਾਫੀ ਲੋਕ ਜਦੋਂ ਆਣ ਕੇ ਕਹਿੰਦੇ ਕਿ ਸਾਨੂੰ ਪੈਕੇਜ ਦੱਸੋ ਕੀ ਦੇਣਾ ਹੈ ਉਸੀ ਇਲੈਕਸ਼ਨ ਲੜਨੀ ਹੈ ਜਿੰਨਾ ਚਿਰ ਪੇਡ ਨਿਊਜ਼ ਨਹੀਂ ਤੁਸੀਂ ਦਿਓਗੇ ਅਸੀਂ ਤੁਹਾਡੀ ਖਬਰ ਨਹੀਂ ਅਖਬਾਰ ਵਿੱਚ ਲਾਉਣੀ ਮੈਂ ਆਪਣੇ ਜਾਤੀ ਤਜਰਬੇ ਤੋਂ ਗੱਲ ਕਰਦਾ ਕਿ ਇਲੈਕਸ਼ਨ ਦੇ ਵਿੱਚ ਮੇਰੇ ਕੋਲੇ ਬਹੁਤ ਸਾਰੇ ਵੈਬ ਚੈਨਲਸ ਵਾਲੇ ਬਹੁਤ ਸਾਰੇ ਪ੍ਰਿੰਟ ਮੀਡੀਆ ਵਾਲੇ ਸੱਜਣ ਆਏ ਕਿ ਸਾਨੂੰ ਦੱਸੋ ਜੀ ਕੀ ਪੈਕੇਜ ਦੇਣਾ ਮੈਂ ਕਿਹਾ ਕਿਉਂ ਜੀ ਕਹਿੰਦੇ ਸਾਡੇ ਜਿਹੜੇ ਮਾਲਕ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੈਂਡੀਡੇਟ ਐਦ ਕੀ ਪੈਕੇਜ ਦੇਗਾ ਉਹਦੀ ਅਸੀਂ ਖਬਰ ਲਾਉਣੀ ਹੈ ਤੇ ਮੈਂ ਤਾਂ ਨਹੀਂ ਦੇ ਸਕਿਆ ਮੇਰੀ ਖਬਰ ਨਹੀਂ ਉਹਨਾਂ ਨੇ ਲਈ ਤੇ ਜਦੋਂ ਉਸ ਤੋਂ ਬਾਅਦ ਅਸੀਂ ਇਹ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਕਰਦੇ ਸਾਨੂੰ ਬਹੁਤ ਸਾਰੀ ਸਮੱਗਰੀ ਚਾਹੀਦੀ ਹੁੰਦੀ ਹੈ ਐਕਚੁਅਲੀ ਉਹ ਤੇ ਲੋਡ ਆ ਸਾਡੀ ਰਿਕੁਆਇਰਮੈਂਟ ਅਸੀਂ ਲਾਉਂਦੇ ਆ ਉਸ ਤੋਂ ਬਾਅਦ ਲੋਕ ਡਿਮਾਂਡ ਕਰਦੇ ਆ ਕਿ ਸ਼ਰਾਬ ਚੰਗੀ ਮਿਲਣੀ ਚਾਹੀਦੀ ਹੈ ਤੇ ਸ਼ਰਾਬ ਆਫਟਰ ਆਲ ਸਾਡੇ ਇੱਕ ਹਲਕੇ ਦੇ ਵਿੱਚ ਤਕਰੀਬਨ 2 ਲੱਖ ਵੋਟਰ ਹੁੰਦਾ ਹੈ ਕਿੰਨੀਕ ਸ਼ਰਾਬ ਅਸੀਂ ਪਿਚਾਵਾਂਗੇ ਇਹ ਵੀ ਕਿ ਸਮ ਸੋਰਟ ਆਫ ਕਰਪਸ਼ਨ ਆ ਅਸੀਂ ਗੱਲ ਕਰਦੇ ਆ ਕਿ ਪੰਜਾਬ ਵਿੱਚ ਨਸ਼ੇ ਬੰਦ ਹੋਣੇ ਚਾਹੀਦੇ ਆ ਪੰਜਾਬ ਵਿੱਚ ਬਿਲਕੁਲ ਇਹ ਵਿਕਰੀ ਬਟ ਅਸੀਂ ਚੰਗੇ ਤੋਂ ਚੰਗਾ ਬ੍ਰਾਂਡ ਦੇਣ ਦੀ ਕੋਸ਼ਿਸ਼ ਕਰਦੇ ਆ ਔਰ ਫੇਰ ਗੱਲ ਆ ਜਾਂਦੀ ਹੈ ਕਿ ਲੋਕ ਕਹਿੰਦੇ ਵਿਕਾਸ ਤਾਂ ਤੁਸੀਂ ਕੀਤਾ ਹੈ ਉਹ ਤਾਂ ਸਰਕਾਰੀ ਪੈਸਾ ਸੀ ਪਰ ਸਾਨੂੰ ਦੱਸੋ ਹੱਥੋਂ ਕੀ ਦਿਓਗੇ ਪੈਸੇ ਕਿੰਨੇ ਦਿਓਗੇ ਔਰ ਪੈਸੇ ਦਾ ਵੰਡਣੇ ਡੇ ਵੱਡੇ ਪੱਧਰ ਤੇ ਇੱਕ ਹਲਕੇ ਦੇ ਵਿੱਚ ਕਰੋੜਾ ਰੁਪਈਆ ਦਾ ਲੱਗਣਾ ਬੰਦਾ ਕਿੱਥੋਂ ਲਾ ਸਕੇਗਾ ਕਿਵੇਂ ਇਮਾਨਦਾਰ ਹੋ ਸਕੇਗਾ ਇਮਾਨਦਾਰੀ ਦੀ ਗੱਲ ਬੜੀ ਅੱਛੀ ਲੱਗਦੀ ਹੈ ਇਹਦੀ ਪ੍ਰਭਾਸ਼ਾ ਵੀ ਬੜੀ ਅੱਛੀ ਹੈ ਹਰ ਕੋਈ ਬੰਦਾ ਚਾਹੁੰਦਾ ਕਿ ਮੈਂ ਬਿਲਕੁਲ ਬਟ ਇਹਦੇ ਵਾਸਤੇ ਸਾਨੂੰ ਲੋਕਾਂ ਦੀ ਸੋਚ ਬਦਲਣੀ ਪਵੇਗੀ ਕੱਲੇ ਐਮਐਲਏ ਦੇ ਇਮਾਨਦਾਰ ਹੋਣ ਨਾਲ ਸਰਨਾ ਨਹੀਂ ਲੋਕਾਂ ਨੂੰ ਵੀ ਇਮਾਨਦਾਰ ਬਨਣਾ ਪੈਣਾ ਔਰ ਮੈਂ ਇੱਕ ਨਵਰੀਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਜੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਹੈ ਔਰ ਮੈਂ 2017 ਵਿੱਚ ਵੀ ਸ਼ਰਾਬ ਨਹੀਂ ਦਿੱਤੀ 2022 ਦੇ ਵਿੱਚ ਵੀ ਸ਼ਰਾਬ ਨਹੀਂ ਦਿੱਤੀ ਨਸ਼ਿਆਂ ਦੀ ਡਟ ਕੇ ਮੁਖਾਲਫਤ ਕੀਤੀ ਹੈ ਮੈਂ ਕਰਦਾ ਵੀ ਨਹੀਂ ਮੁਖਾਲਫਤ ਕੀਤੀ ਹੈ ਔਰ ਸਾਡੇ ਆਮ ਆਦਮੀ ਪਾਰਟੀ ਵਾਲੇ ਵੀਰਾਂ ਨੇ ਇਹ ਗੱਲ ਕਹੀ ਸੀ ਕਿ ਨਸ਼ਾ ਬਿਲਕੁਲ ਵਾਈਪ ਆਊਟ ਕਰ ਦੇਾਂਗੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਸੀ ਕਿ ਨਸ਼ੇ ਦਾ ਲੱਕ ਤੋੜ ਦੇਣ ਲੱਕ ਨਹੀਂ ਟੁੱਟਿਆ ਸੀ ਕਦਮ ਕਰ ਦੇਾਂਗੇ ਪਰ ਮੈਂ ਅੱਜ ਦੱਸਣਾ ਚਾਹੁੰਦਾ ਕਿ ਸਰਕਾਰ ਬਣੀ ਨੂੰ ਬੇਸ਼ੱਕ ਕਾਫੀ ਦਿਨ ਹੋ ਗਏ ਨੇ ਪਰ ਸ਼੍ਰੀ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਵਿੱਚ ਖਲੋ ਕੇ ਇਹ ਗੱਲ ਕਹੀ ਹੈ ਕਿ ਨਸ਼ਾ ਪਾਕਿਸਤਾਨ ਚੋਂ ਨਹੀਂ ਆਉਂਦਾ ਇਹ ਸਿੰਥੈਟਿਕ ਨਸ਼ਾ ਪੰਜਾਬ ਵਿੱਚ ਤਿਆਰ ਹੁੰਦਾ ਹੈ ਤੇ ਅਸੀਂ ਇਹਨੂੰ ਖਤਮ ਕਰ ਦੇਾਂਗੇ ਚਲੋ ਕਿਤੋਂ ਵੀ ਹੁੰਦਾ ਸੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਾਕਿਸਤਾਨੋਂ ਆਉਂਦਾ ਜਾਂ ਲੋਕ ਆਪ ਤਿਆਰ ਕਰਦੇ ਨੇ ਬਟ ਅੱਜ ਵੀ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਅੱਜ ਵੀ ਟੀਕੇ ਲਾ ਕੇ ਮਰ ਰਹੇ ਨੇ ਬਹੁਤ ਸਾਰੇ ਲੋਕ ਅੱਜ ਵੀ ਨਸ਼ੇ ਦੀ ਭਾਲ ਕਰਦੇ ਆ ਵਿਕਰਿਆ ਨਸ਼ਾ ਲੋਕਾਂ ਨੂੰ ਉਪਲਬਧ ਹੋ ਰਿਹਾ ਹੈ ਨਸ਼ੇੜੀਆਂ ਨੂੰ ਲੱਭ ਰਿਹਾ ਹੈ ਔਰ ਇਹ ਸਾਰੀ ਪ੍ਰਕਿਰਿਆ ਮੈਨੂੰ ਇੱਕ ਵੀ ਕੋਈ ਸੀਰੀਅਸ ਐਫਰਟ ਅੱਜ ਤੱਕ ਕੋਈ ਇਸ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਨਹੀਂ ਜਿਹਦੇ ਨਾਲ ਨਸ਼ੇ ਦਾ ਲੱਕ ਤੋੜਿਆ ਜਾਵੇ ਤਸਕਰਾਂ ਨੂੰ ਡਰ ਪਿਆਦਾ ਹੋ ਜਾਵੇ ਨਸ਼ਾ ਕਰਨ ਵਾਲੇ ਡਰਨ ਲੱਗ ਪੈਣ ਥੋੜੀ ਜੀ ਮਾੜੀ-ਮੋਟੀ ਲੋਕਾਂ ਨੂੰ ਹੈ ਸੀ ਵੀ ਸ਼ਾਇਦ ਪਤਾ ਨਹੀਂ ਸਰਕਾਰ ਨੇ ਕੁਝ ਕੀ ਕਰਨਾ ਪਰ ਹਾਲੇ ਤੱਕ ਅਨ ਅਬੈਟਡ ਆ ਕਿਸੇ ਕਿਸਮ ਦੀ ਰਿਕਵਰੀ ਨਹੀਂ ਆਈ ਜਿਹੜੀ ਤੁਸੀਂ ਪਹਿਲੀ ਗੱਲ ਜਦੋਂ ਕਹੀ ਹੈ ਨਾ ਵੀ ਮੀਡੀਆ ਵਾਲੀ ਅਸੀਂ ਤਾਂ ਆਪ ਇਲੈਕਸ਼ਨ ਦੇ ਵਿੱਚ ਨਾ ਅਸੀਂ ਹੈਰਾਨ ਸੀ ਵੀ ਯਾਰ ਆਹ ਬੰਦੇ ਤਾਂ ਕ੍ਰਾਂਤੀ ਲਿਆਉਣ ਦਾ ਦਾਵਾ ਕਰਦੇ ਆ ਅਸੀਂ ਸਭ ਤੋਂ ਨਿਰਪੱਖ ਇਮਾਨਦਾਰ ਆ ਇਹ ਦਾਅਵੇ ਕਰਦੇ ਆ ਤੇ ਬੰਦੇ ਜਿਹੜੇ ਛੋਟੇ ਲੈਵਲ ਤੇ ਬਿਕੇ ਬਾਈ ਜੀ ਜਾ ਕੇ ਉਹਨਾਂ ਨੇ ਮਤਲਬ ਹਰ ਇੱਕ ਪਾਰਟੀ ਤੋਂ ਵੀ ਜਿੰਨਾ ਆ ਗਿਆ ਔਰ ਮੰਗਿਆ ਹਨਾ ਤਾਂ ਮੈਂ ਮਤਲਬ ਮੈਂ ਹੀ ਮੰਨਦਾ ਵੀ ਐਮਐਲਏ ਨੂੰ ਜਾਂ ਕਿਸੇ ਵੀ ਮੰਤਰੀ ਨੂੰ ਚਾਹੇ ਕਿਸੇ ਵੀ ਪਾਰਟੀ ਦਾ ਸਵਾਲ ਕਰਨੇ ਬਹੁਤ ਸੌਖੇ ਹੁੰਦੇ ਆ ਪਰ ਸੋਸਾਇਟੀ 'ਚ ਬਹੁਤ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਸਵਾਲ ਕਰਨ ਦੀ ਜ਼ਰੂਰਤ ਆ ਵੀ ਭਾਈ ਤੁਸੀਂ ਚੱਲਦੇ ਕਿਵੇਂ ਹੋ ਤੁਹਾਡਾ ਸਿਸਟਮ ਕੀ ਆ ਤੁਹਾਨੂੰ ਆਉਂਦੇ ਕਿੱਥੋਂ ਆ ਪੈਸੇ ਤਾਂ ਇਹ ਤਾਂ ਬਿਲਕੁਲ ਸਹੀ ਹੈ ਜਿਹੜੀ ਮੀਡੀਆ ਇਹ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਤੱਕ ਜੋ ਮਾਨ ਸਰਕਾਰ ਨੇ ਐਲਾਨ ਕੀਤੇ ਆ ਐਲਾਨ ਕੀਤਾ ਹੈ ਕਿ ਅਸੀਂ 25000 ਮੁਲਾਜ਼ਮ ਪ੍ਰਤੀ ਕਰਨਾ ਆ ਉਹਨਾਂ ਨੇ ਠੀਕ ਹੈ ਨਾ ਜੀ ਇੱਕ ਉਹਨਾਂ ਨੇ ਐਲਾਨ ਕੀਤਾ ਕਿ 35000 ਜਿਹੜਾ ਕੱਚੇ ਮੁਲਾਜ਼ਮ ਉਹ ਪੱਕੇ ਕਰਨੇ ਆ ਇਹ ਦੋਹਾਂ ਦੋਹਾਂ ਐਲਾਨਾਂ ਦੀ ਮੈਂ ਗੱਲ ਕਰਦਾ ਕਿ ਜਿਹੜੇ 25000 ਮੁਲਾਜ਼ਮ ਨਵੇਂ ਭਰਤੀ ਕਰਨੇ ਲੋਕਾਂ ਨੂੰ ਕਿਹਾ ਕਿ ਬੜੀ ਵੱਡੀ ਅਸੀਂ ਪੜੀ ਬੇਰੁਜ਼ਗਾਰੀ ਦੂਰ ਕਰ ਦੇਣੀ ਉਹ ਤਾਂ ਐਲਾਨ ਤਾਂ ਪਹਿਲਾਂ ਕਾਂਗਰਸ ਨੇ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਭਰਤੀ ਦਾ 10000 ਬੰਦਾ ਪੁਲਿਸ ਵਿੱਚ ਭਰਤੀ ਕਰਨਾ ਸੀ ਉਹਦੀ ਪ੍ਰੋਸੈਸ ਸ਼ੁਰੂ ਕੀਤਾ ਹੈ ਬੱਚਿਆਂ ਨੂੰ ਫਿਜ਼ੀਕਲ ਟ੍ਰੇਨਿੰਗ ਦੇਣ ਵਾਸਤੇ ਪੁਲਿਸ ਲਾਈਨਾਂ ਦੇ ਵਿੱਚ ਉੱਥੇ ਕੈਂਪ ਲਵਾਉਣੇ ਸ਼ੁਰੂ ਕੀਤੇ ਆ ਲਿਖਤੀ ਟੈਸਟ ਦੀ ਤਿਆਰੀ ਕਰਾਉਣ ਵਾਸਤੇ ਅਸੀਂ ਡੀਸੀ ਦਫ਼ਤਰਾਂ ਵਿੱਚ ਅਕੈਡਮੀਆ ਬਣਾਈਆਂ ਇਹ ਤਾਂ ਪ੍ਰੋਸੈਸ ਆਲਰੇਡੀ ਸ਼ੁਰੂ ਹੈ ਉਹਦੇ ਵੇਲੇ ਤੱਕ ਇਹ ਸਿਪਾਰਸ਼ ਨਹੀਂ ਚੱਲਣੀ ਤੇ ਇਹ ਗੱਲ ਐਲਾਨ ਕਰਨਾ ਮੈਂ ਕਹਿੰਦਾ ਇਹਨੂੰ ਸੁਗਮ ਸੀਰੀਅਲ ਆਉਣਾ ਚਾਹੀਦਾ ਕਿਸੇ ਪਾਸੇ ਲਾਉਣਾ ਚਾਹੀਦਾ ਬਟ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਾਂ ਕਹਿੰਦੇ ਕਿ ਵਿਦੇਸ਼ਾਂ ਵਿੱਚ ਜਿਹੜੇ ਨੌਜਵਾਨ ਜਾਂਦੇ ਨੇ ਆਇਲੈਂਡਸ ਕਰਕੇ ਉਹਨਾਂ ਨੂੰ ਰੋ ਅੱਜ ਆਰਾ ਨਹੀਂ ਲੱਖਾਂ ਨੌਕਰੀਆਂ ਦਾ ਪ੍ਰਬੰਧ ਕਰਨਾ ਪੈਣਾ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਸਰਨਾ ਅਸੀਂ ਕਿਹਾ ਕਿ 35000 ਬੰਦਾ ਜਿਹੜਾ ਕੱਚਾ ਮੁਲਾਜ਼ਮ ਪੱਕਾ ਕਰਨਾ ਹੈ ਉਹ ਪ੍ਰੋਸੈਸ ਅਸੀਂ ਵੀ ਸ਼ੁਰੂ ਕੀਤੀ ਸੀ ਕਾਂਗਰਸ ਵੇਲੇ ਕਿ ਮੁਲਾਜ਼ਮ ਪੱਕਿਆ ਕਰਨਾ ਬਟ ਉਹਦੇ ਵਿੱਚ ਰਿਕਾਵਟ ਕੋਈ ਸਾਡੀ ਰਿਕਾਵਟ ਆਈ ਜਦੋਂ ਫਾਈਲ ਬਣਾ ਕੇ ਮਤਾ ਪਾਸ ਕਰਕੇ ਅਸੀਂ ਵਿਧਾਨ ਸਭਾ ਚੋਂ ਭੇਜਿਆ ਗਵਰਨਰ ਸਾਹਿਬ ਕੋਲੇ ਉਹਨਾਂ ਨੇ ਫਾਈਲ ਰੋਕ ਛੱਡੀ ਫਿਰ ਰਿਕਾਵਟ ਆ ਗਈ ਸੁਪਰੀਮ ਕੋਰਟ ਦੀ ਕੋਈ ਟਿੱਪਣੀ ਸੀ ਵੀ ਇਹ ਨਾਲਾਜਮਾ ਨੇ ਜਿੰਨਾ ਚਿਰ ਕੋਈ ਪ੍ਰੀਖਿਆ ਨਾ ਦਿੱਤੀ ਹੋਏਗੀ ਜਦੋਂ ਕੋਈ ਨੰਬਰ ਨਾ ਦੇਉਣਗੇ ਕਿਵੇਂ ਆਪਾਂ ਪੱਕੇ ਕਰ ਸਕਦੇ ਸੋ ਇਹ ਦੋਵੇਂ ਪ੍ਰੋਸੈਸ ਮੈਂ ਸਮਝਦਾ ਕਿ ਉਹਨੂੰ ਪ੍ਰਚਾਰਨ ਵਾਸਤੇ ਕਰੋੜਾਂ ਰੁਪਏ ਲਾਤੇ ਆਈਟੀ ਸੈੱਲ ਬਣੇ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਬਣਾ ਬਣਾ ਕੇ ਪਾਈਆਂ ਜਾਂਦੀਆਂ ਨੇ ਅਸੀਂ ਇੰਨੇ ਪੱਕੇ ਕਰ ਰਿਹਾ ਇੰਨੀ ਨੌਕਰੀ ਦੇ ਰਿਹਾ ਉਹ ਹੁਣ ਤੱਕ ਮੈਂ ਸਮਝਦਾ ਹੈ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਤੋਂ ਬਿਨਾ ਪ੍ਰਚਾਰ ਕਰਨ ਤੋਂ ਬਿਨਾ ਗਰਾਊਂਡ ਲੈਵਲ ਤੇ ਤਾਂ ਕੁਝ ਵੀ ਨਹੀਂ ਹੈਗਾ ਪੁਖੇ ਨੂੰ ਰੋਟੀ ਤਾਂ ਮਿਲ ਜੇ ਉਹਨੂੰ ਰੋਟੀ ਬੁਰਕੀ ਮਿਲੂਗੀ ਜਦੋਂ ਮੂੰਹ ਵਿੱਚ ਕੁਝ ਜਾਏਗਾ ਹੁਣ ਤੱਕ ਤੇ ਲੋਕ ਉਸ ਤਰ੍ਹਾਂ ਬੈਠੇ ਨੇ ਪਰ ਮੁੱਦੇ ਚੱਕਣ ਵਾਸਤੇ ਜਿਹੜੀ ਪਾਰਟੀ ਐ ਇਸ ਸਮੇਂ ਵਿਰੋਧੀ ਧਿਰ ਚੋਂ ਤੁਸੀਂ ਕਾਲੀ ਦਲ ਨੂੰ ਨਹੀਂ ਮਿਲਿਆ ਕਿਉਂਕਿ ਉਹਨਾਂ ਦੇ ਤਿੰਨੇ ਬੰਦੇ ਜਿੱਤੇ ਆ ਇੱਕ ਬਸਪਾ ਵਾਲਾ ਭਾਈ ਵੀਜੇ ਨਾਲ ਨਾਲ ਕੇ ਚਾਰ ਹੋ ਗਏ ਭਾਜਪਾ ਦਾ ਵੀ ਬੁਰਾ ਹਾਲ ਆ ਥੋੜੀ ਪਾਰਟੀ ਨੂੰ ਫਿਰ ਵੀ ਚਲੋ ਐਨੀਆਂ ਕ ਸੀਟਾਂ ਤਾਂ ਲੋਕਾਂ ਨੇ ਦੇਤੀਆਂ ਵੀ ਵਿਰੋਧੀ ਧਿਰ ਚ ਬਹਿਣ ਯੋਗ ਰਹੇ ਹੋ ਨੇ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਨਵਰੀਤ ਜੀ ਕਿ ਇੱਕ ਮੈਂ ਇਹਨਾਂ ਦੇ ਪੰਚਾਇਤ ਮੰਤਰੀ ਨੇ ਸਰਦਾਰ ਕਲਦੀਪ ਸਿੰਘ ਧਾਰੀਵਾਲ ਉਹਨਾਂ ਨੇ ਐਲਾਨ ਕਰਤਾ ਮਾਨ ਸਾਹਿਬ ਨੇ ਐਲਾਨ ਕਰਤਾ ਕਿ ਜਿੰਨੀਆਂ ਵੀ ਹੁਣ ਤੱਕ ਗਰਾਂਟਾਂ ਪਿੰਡਾਂ ਜਗਾਈਆਂ ਉਹਨਾਂ ਨੂੰ ਰੋਕ ਦੇਣਾ ਹਾਂ ਬੰਦ ਕਰ ਦੇਣਾ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਡਿਵੈਲਪਮੈਂਟ ਵਿਰੋਧੀ ਹੈ ਇਹਨਾਂ ਨੇ ਕੰਮਕਾਜ ਰੋਕ ਦਿੱਤੇ ਇਵੇਂ ਇਥੋਂ ਤੱਕ ਉਹਨਾਂ ਨੇ ਕਹਿਤਾ ਕਿ ਸ਼ਮਸ਼ਾਨ ਘਾਟਾਂ ਦੀ ਰੈਨੋਵੇਸ਼ਨ ਵਾਸਤੇ ਵੀ ਜਿਹੜੇ ਕੋ ਪੈਸੇ ਗਏ ਉਹ ਵੀ ਰੋਕ ਦਿੱਤੇ 11 ਕਿਸਮ ਦੀਆਂ ਗ੍ਰਾਂਟਾਂ ਉਹਨਾਂ ਨੇ ਆਪਣੇ ਬਿਆਨ ਵਿੱਚ ਕਹੀ ਕਿ ਰੋਕ ਦਿੱਤੀਆਂ ਮਤਲਬ ਕਿ A ਤੋਂ Z ਬਿਲਕੁਲ ਹੀ ਇਹਨਾਂ ਨੇ ਸਾਰੀਆਂ ਨੂੰ ਜਿਹੜੀਆਂ ਪੰਚਾਇਤਾਂ ਦੀ ਪਿੰਡਾਂ ਵਿੱਚ ਡਿਵੈਲਪਮੈਂਟ ਰੋਕ ਦਿੱਤੀ ਹੈ ਚਲੋ ਪੰਚਾਇਤ ਦੀ ਇਲੈਕਸ਼ਨ ਉਹ ਕਹਿੰਦੇ ਘਪਲਿਆ ਕਰਦੇ ਸੀ ਪੰਚਾਇਤ ਦੀ ਇਲੈਕਸ਼ਨ ਹੋਣੀ 2019 ਦੇ ਵਿੱਚ ਘਪਲਿਆਂ ਦੀ ਇਨਕੁਆਰੀ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਮੇਰੇ ਹਲਕੇ ਨੂੰ ਫੜ ਲੈਣਾ ਕਿਸੇ ਪਿੰਡ ਦੀ ਮਿੰਨਤੀ ਕਰਾ ਲੈਣ ਕਿੰਨੀ ਗ੍ਰਾਂਟ ਆਈ ਹੈ ਕਿੰਨੇ ਲੱਗੇ ਆ ਆਪੇ ਪਤਾ ਲੱਗ ਜਾ ਉਹ ਸਾਈਮਲਟੇਨਸਲੀ ਚੱਲਣੀ ਚਾਹੀਦੀ ਹੈ ਤੁਹਾਡੇ ਵੀ ਹਲਕੇ ਦੇ ਵਿੱਚ ਜੇ ਮੰਨ ਲਓ ਨਿਕਲਦੇ ਆ ਕਪੜੇ ਤਾਂ ਤੁਸੀਂ ਮੈਂ ਨਾ ਉਹਦੇ ਉਹਦੇ ਖਿਲਾਫ ਕਾਰਵਾਈ ਕਰਨੀ ਜੇ ਮੇਰੇ ਖਿਲਾਫ ਕੋ ਨਿਕਲਦੀ ਮੇਰੇ ਖਿਲਾਫ ਕਾਰਵਾਈ ਕਰੋ ਮੈਂ ਤੇ ਕਹਿੰਦਾ ਮਿੰਦੀ ਕਰਾ ਲਓ ਜੇ ਗ੍ਰਾਂਟ ਤੋਂ ਕੰਮ ਵੱਧ ਹੋਇਆ ਹੋਏਗਾ ਉਹ ਪੈਸੇ ਦੇ ਦੇਣ ਜੇ ਘੱਟ ਹੋਏਗਾ ਅਸੀਂ ਪੈਸੇ ਦੇ ਦਿਆਂਗੇ ਅਸੀਂ ਤੇ ਬਿਲਕੁਲ ਸਿੱਧਾ ਚੈਲੰਜ ਕਰਦੇ ਆਂ ਵੋਈ ਸਾਨੂੰ ਕੋਈ ਇਸ ਗੱਲ ਦੀ ਸ਼ਰਮ ਨਹੀਂ ਕਿਸੇ ਗੱਲ ਦੀ ਬਟ ਮੈਂ ਇਹ ਗੱਲ ਕਹਿੰਦਾ ਕਿ ਇਨਕੁਆਰੀ ਕਰਵਾਓ ਸਾਈਮਲਟੇਨਸਲੀ ਚੱਲਣੀ ਚਾਹੀਦੀ ਹੈ ਪੜਾ ਡਿਵੈਲਪਮੈਂਟ ਨਹੀਂ ਰੋਕਣੀ ਚਾਹੀਦੀ ਸਪੋਜ਼ ਇੱਕ ਟਰਮ ਦੇ ਵਿੱਚ 50% ਕੰਮ ਹੋਇਆ 50% ਕੰਮ ਹਲੇ ਹੋਣਾ ਹੈ ਕੁਝ ਪੈਸੇ ਠੇਕੇਦਾਰਾਂ ਨੂੰ ਗਏ ਨੇ ਕੁਝ ਪੈਸੇ ਪੰਚਾਇਤ ਕੋਲੇ ਪਏ ਨੇ ਉਹ ਪ੍ਰੋਸੈਸ ਨੂੰ sire ਕਿਉਂ ਨਹੀਂ ਲਾਉਂਦੇ ਆਪਾਂ ਮੈਂ ਕਹਿੰਦਾ ਜੇ ਸਪੋਜ਼ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਸਰਪੰਚ ਬਣਾ ਕੇ ਕਰਨੀ ਆ ਤੇ ਕੋਈ ਵਿਧਾਨ ਸਭਾ ਦੇ ਵਿੱਚ ਐਮੈਂਡਮੈਂਟ ਕਰਕੇ ਕੋਈ ਐਸਾ ਪ੍ਰੋਵੀਜ਼ਨ ਬਣਾ ਲੈ ਪੰਚਾਇਤਾਂ ਸਾਰੀਆਂ ਭੰਗ ਕਰ ਦੇਣ ਨਗਰਪਾਲਿਕਾ ਭੰਗ ਕਰ ਕਰ ਦੇਣ ਕਾਰਪੋਰੇਸ਼ਨਾਂ ਭੰਗ ਕਰ ਦੇਣ ਕੋਈ ਰੀ election ਕਰਾ ਦੇਣ ਆਪਣੇ ਬੰਦੇ ਪੁਆਇੰਟ ਕਰ ਦੇਣ ਫਿਰ ਆਪਣਾ ਡਿਵੈਲਪਮੈਂਟ ਕਰਕੇ ਕੋਈ ਕਹਿ ਹਾਲੇ 2 ਸਾਲ ਦਾ ਸਮਾਂ ਪਿਆ ਹੈ। ਹਮਮ ਡਿਵੈਲਪਮੈਂਟ ਜਿਹੜੀ ਆ ਕਿਸੇ ਇੱਕ ਟਰਮ ਦੇ ਵਿੱਚ ਕੰਪਲੀਟ ਨਹੀਂ ਹੋ ਸਕਦੀ। ਸੁਪੋਜ਼ ਮੈਂ ਕੈਰੋਂ ਪਿੰਡ ਦੇ ਵਿੱਚ ਇੱਕ ਲਾਜ ਯੂਨੀਵਰਸਿਟੀ ਸ਼ੁਰੂ ਕਰਵਾਈ ਸੀ। ਹਮ ਉਹਦੀ ਜ਼ਮੀਨ ਅਕਵਾਇਰ ਕਰ ਲਈ। ਉਹਦੇ ਪੈਸੇ ਪ੍ਰਬੰਧਕੀ ਪ੍ਰਮਾਣਗੀ ਲੈ ਲਈ। 280 ਕਰੋੜ ਰੁਪਏ ਨਕਸ਼ੇ ਬਣ ਗਏ। ਉਹਦੇ ਟੈਂਡਰ ਲੱਗੇ। ਟੈਂਡਰ ਤੋਂ ਬਾਅਦ ਉਹਨਾਂ ਕੰਮ ਸ਼ੁਰੂ ਹੋ ਗਿਆ। ਕੰਪਲੀਟ ਤੇ ਅਗਲੀ ਸਰਕਾਰ ਨੇ ਕਰਵਾਉਣਾ ਨਾ। ਮਰਗੇ ਜੇ ਅੱਜ ਆਪ ਰੋਕ ਦੇਾਂਗੇ ਤੇ ਰੋਕਣ ਦਾ ਕੀ ਫਾਇਦਾ ਹੋਏਗਾ? ਬਹੁਤ ਸਾਰੇ ਪਿੰਡਾਂ ਵਿੱਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਕਾਨੇ ਪਿੰਡਾਂ 'ਚ ਸੀਵਰੇਜ ਪੈ ਰਹੇ ਨੇ ਉਹ ਕਿਸੇ 80% ਕੰਮ ਹੋ ਗਿਆ 70% ਕੰਮ ਹੋ ਗਿਆ 100% ਕੰਮ ਕੰਪਲੀਟ ਕਿਨੇ ਕਰਨਾ ਹੈ ਸ਼ਮਸ਼ਾਨ ਘਾਟਾਂ ਨੇ ਮੈਂ 65 ਸ਼ਮਸ਼ਾਨ ਘਾਟਾਂ ਦੀਆਂ ਬਣਾਈਆਂ 20-20 ਲੱਖ ਰੁਪਈਆ ਲਾਇਆ ਕੁਝ ਹੋ ਸਕਦਾ ਕੋਈ ਸ਼ਮਸ਼ਾਨ ਘਾਟਾਂ ਦਾ ਕੰਮ ਵੀ ਚੱਲਦਾ ਹੋਵੇ ਕੰਪਲੀਟ ਕਿਨੇ ਕਰਨਾ ਅੱਜ ਰੋਕ ਦੇਾਂਗੇ ਵੀ ਸਰਪੰਚ ਸਾਰੇ ਸਰਪੰਚ ਕਰਪਟ ਤੇ ਨਹੀਂਗੇ ਜੇ ਤੁਹਾਨੂੰ ਕਿਤੇ ਕਰਪਸ਼ਨ ਨਜ਼ਰ ਆਉਂਦੀ ਉਹਦੇ ਖਿਲਾਫ ਕਾਰਵਾਈ ਕਰੋ ਪਰ ਗਿੱਲ ਸਾਬ ਬਿਲਕੁਲ ਸਹੀ ਹੈ ਤਾਂ ਪਰ ਤੁਸੀਂ ਨਿੱਜੀ ਤੌਰ ਇੱਕ ਇਕੱਲੇ ਮੁੱਦਾ ਠਾ ਰਹੇ ਹੋ ਜਿਹੜੀ ਪਾਰਟੀ ਨੇ ਸੰਘ ਵਿਰੋਧੀ ਧਿਰ ਦਾ ਕੰਮ ਹੁੰਦਾ ਵੀ ਉਹ ਉੱਥੇ ਵਿਧਾਨ ਸਭਾ ਦੇ ਵਿੱਚ ਤੇ ਸੜਕਾਂ ਤੇ ਸਾਰੇ ਕਿਤੇ ਸੰਘਰਸ਼ ਕਰੇ। ਉਹ ਪਾਰਟੀ ਦਾ ਤਾਂ ਆ ਹੀ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਹੁਣ ਕੋਈ ਪ੍ਰਧਾਨ ਬਣੂਗਾ ਵੀ ਕਿ ਨਹੀਂ ਬਣੂਗਾ। ਰੱਖਣਾ ਕਰਨਾ ਕੀ ਚਾਹੁੰਦੀ ਇਹ ਬਾਕੀ। ਦੇਖੋ ਅੱਜ ਦੇ ਯੁੱਗ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਜਿੱਡੀ ਤੇਜ਼ੀ ਨਾਲ ਲੋਕਾਂ ਨੇ ਬਹੁਤ ਸਾਰੇ ਤਬਦੀਲੀ ਦੇ ਸੁਪਨੇ ਵੇਖੇ ਇਨਕਲਾਬ ਦੇ ਸੁਪਨੇ ਵੇਖੇ ਖੈਰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਅੱਜ ਵੀ ਜਦੋਂ ਗੱਲ ਕਰਦੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਮਾਰਦੇ ਨੇ ਹਾਲੇ ਉਹਨਾਂ ਨੂੰ ਪਤਾ ਨਹੀਂ ਇਨਕਲਾਬ ਹੋਣਾ ਆਪਾਂ ਮੁੱਖ ਮੰਤਰੀ ਬਣ ਕੇ ਕਿਹੜੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਮਾਰਦੇ ਕਿੰਨੀ ਕਬੜੀ ਤਬਦੀਲੀ ਲਿਆਂਦੀ ਖੈਰ ਜਿੱਡੀਆਂ ਵੱਡੀ ਤੇਜ਼ੀ ਨਾਲ ਲੋਕ ਭੱਜ ਕੇ ਜੁੜੇ ਸੀ 50 60 60 ਹਜ਼ਾਰ ਦੀ ਲੀਡ ਨਾਲ ਜਿਤਾਦੇ ਬਹੁਤ ਸਾਰੇ ਮੁਲਾਜ਼ਮਾਂ ਨੇ ਆਸਾਂ ਰੱਖ ਲਈਆਂ ਅੱਜ ਉਹ ਮੁਲਾਜ਼ਮ ਹੌਲੀ ਹੌਲੀ ਆਪਣੇ ਘਰਾਂ ਵਿੱਚੋਂ ਜਿਹੜੇ ਝੰਡੇ ਇਕੱਠੇ ਕਰਕੇ ਰੱਖੇ ਸੀ ਨਾ ਨੁਕਰਾਂ ਵਿੱਚੋਂ ਦੁਬਾਰਾ ਉਹਨਾਂ ਨੂੰ ਝਾੜਨ ਪੁੰਜ ਲੱਗ ਪਿਆ ਵੀ ਝੰਡੇ ਖੜੇ ਕਰਨੇ ਪੈਣੇ ਆ। ਕੁਝ ਲੋਕ ਤਾਂ ਟੈਂਕੀਆਂ 'ਤੇ ਚੜ ਵੀ ਗਏ। ਕੁਝ ਲੋਕ ਤਾਂ ਜਿਹੜੇ ਆਸ ਕਰਦੇ ਸਨ ਉਹਨੂੰ ਪੱਕਿਆਂ ਕਰਨਗੇ ਉਹ ਵੀ ਵਿਚਾਰੇ ਉਹਨਾਂ ਦੀ ਆਸਾਂ ਉਸਾਂ ਮੈਂ ਇੱਥੇ ਦੇਖਿਆ ਕਿ ਸੰਗਰੂਰ ਦੇ ਵਿੱਚ ਸਵਾਗਤ ਮਾਰਚ ਵੀ ਕੱਢਿਆ ਸੀ। ਕਹਿੰਦੇ ਸੰਤਾ ਕਹਿੰਦੇ ਸੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਕਲੀਅਰ ਕਰਦੇ ਆਂਗੇ। ਹੁਣ ਤਾਂ ਦੂਜੀ ਤੀਜੀ ਮੀਟਿੰਗ ਵੀ ਹੋ ਗਈ। ਸੋ ਕਹਿਣ ਤੋਂ ਭਾਵ ਕਿ ਜਿੱਡੀਆਂ ਵੱਡੀਆਂ ਆਸਾਂ ਸੀ ਉੰਨੀ ਵੱਡੀ ਨਿਰਾਸ਼ਾ ਲੋਕਾਂ ਨੂੰ ਮਿਲਨੀ ਹੈ। ਤੇ ਜਦੋਂ ਲੋਕਾਂ ਨੇ ਵ ਕਾਂਗਰਸ ਪਾਰਟੀ ਨੂੰ ਬੜੇ ਕਿਸਮ ਕਰੈਸਮੈਟਿਕ ਲੀਡਰਸ਼ਿਪ ਦੀ ਲੋੜ ਹੈ ਅੱਜ ਇੱਕ ਜਾਦੂ ਜਾਦੂਈ ਲੀਡਰਸ਼ਿਪ ਦੀ ਲੋੜ ਹੈ ਕਿ ਜਿਹੜਾ ਬੰਦਾ ਉੱਠ ਕੇ ਪੰਜਾਬ ਦੇ ਵਿੱਚ ਵਿਚਰੇ ਕਾਂਗਰਸੀ ਵਰਕਰਾਂ ਨੂੰ ਜਿਹੜੇ ਡਿਮੋਰਲਾਈਜ਼ ਹੋਏ ਨੇ ਡਿਪਰੈਸਡ ਹੋ ਕੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਉਠਾਵੇ ਆਮ ਲੋਕਾਂ ਨੂੰ ਨਾਲ ਲਵੇ ਜਿਨ੍ਹਾਂ ਲੋਕਾਂ ਦੀਆਂ ਆਸਾਂ ਟੁੱਟਣੀਆਂ ਨੇ ਨਿਰਾਸ਼ਤਾ ਵਿੱਚ ਬਦਲਣੀਆਂ ਉਹਨਾਂ ਲੋਕਾਂ ਨੂੰ ਨਾਲ ਲਵੇ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਬਾਟੋ ਚੰਗੇ ਭਵਿੱਖ ਵਾਸਤੇ ਹਰ ਵਾਰੀ ਵੋਟਾਂ ਪਾਉਂਦੇ ਉਹਨਾਂ ਨਾਲ ਲਵੇ ਉਹਨਾਂ ਨੂੰ ਨਾਲ ਲੈਣ ਦੀ ਸਮਰੱਥਾ ਰੱਖਣ ਵਾਲੇ ਲੀਡਰ ਨੂੰ ਅੱਜ ਪੰਜਾਬ ਦੀ ਅਗਵਾਈ ਕਰਨ ਦੀ ਲੋੜ ਹੈ ਪਰ ਇਹ ਜਿਹੇ ਲੀਡਰ ਕਾਂਗਰਸ ਚ ਹੈ ਕੌਣ ਦੇਖੋ ਬਹੁਤ ਸਾਰੇ ਕਾਂਗਰਸ ਦੇ ਵਿੱਚ ਕੋ ਲੀਡਰਾਂ ਦੀ ਘਾੜਨੀ ਕਾਂਗਰਸ ਵਿੱਚ ਸੁਹਿਰਦ ਵਰਕਰਾਂ ਦੀ ਘਾੜਨੀ ਬਹੁਤ ਸਾਰੇ ਲੀਡਰਾਂ ਨੇ ਆਪੋ ਆਪਣੇ ਫੀਲਡ ਵਿੱਚ ਬਹੁਤ ਵੱਡਾ-ਵੱਡਾ ਯੋਗਦਾਨ ਪਾਇਆ ਮੈਂ ਕਿਸੇ ਦੇ ਖਿਲਾਫ ਬੋਲਣ ਵਾਸਤੇ ਨਹੀਂ ਇਕੱਠਾ ਹੋਇਆ ਮੈਂ ਕਹਿੰਦਾ ਕਿ ਹਰ ਇੱਕ ਨੂੰ ਬਣਦਾ ਮਾਨਸਿਤ ਕਰ ਦੇਣਾ ਚਾਹੀਦਾ ਬਟ ਅੱਜ ਦੇ ਦੌਰ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜਾ ਜਿਹੜਾ ਆਈਟੀ ਜੋ ਸੋਸ਼ਲ ਮੀਡੀਆ ਦੇ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਉਹਨੂੰ ਕੰਬੈਟ ਕਰ ਸਕਦਾ ਹੈ ਜਿਹੜੇ ਲੋਕਾਂ ਨੂੰ ਅੱਜ ਜਿਹੜੇ ਲੋਕ ਅੱਜ ਵਾਪਸ ਆ ਰਹੇ ਆਉਣੇ ਆ ਜਾਂ ਆ ਰਹੇ ਨੇ ਉਹਨਾਂ ਨੂੰ ਆਪਣੇ ਨਾਲ ਲਾ ਸਕਦਾ ਹੈ ਉਹਨਾਂ ਨੂੰ ਆਸ ਦੇ ਸਕਦਾ ਹੈ ਉਹਨਾਂ ਨੂੰ ਚੰਗੇ ਵਿਕਦਾ ਕੋ ਮਾਡਲ ਦੇ ਸਕਦਾ ਉਹਨੂੰ ਆਪਣੋ ਅਕੇ ਲਾਉਣਾ ਚਾਹੀਦਾ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਸਾਰੇ ਲੀਡਰ ਨੇ ਪਰ ਅੱਜ ਦੇ ਦੌਰ ਦੇ ਵਿੱਚ ਜਦੋਂ ਮੈਂ ਸਾਰਿਆਂ ਨੂੰ ਗੁਣਾ ਔਗਣਾਂ ਨੂੰ ਪਛਾਣਦਾ ਤੇ ਮੈਨੂੰ ਇੱਕ ਜ਼ਾਬਦਾਰ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਇਸ ਵੇਲੇ ਪੰਜਾਬ ਤੇ ਕਾਂਗਰਸ ਦੀ ਅਗਵਾਈ ਕਰ ਸਕਦੇ ਨੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਵਿੱਚ ਔਗਣ ਨਹੀਂ ਹੋਣਗੇ ਬਹੁਤ ਸਾਰੇ ਔਗਣ ਹੋਣਗੇ ਬਰੇ ਬਰੇ ਸਾਰੇ ਲੋਕ ਡਿਸਲਾਈਕ ਵੀ ਕਰਦੇ ਹੋਣਗੇ ਪਰ ਅੱਜ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਹੂੰ ਉਹਨਾਂ ਵਿੱਚ ਕੁਝ ਨਾ ਕੁਝ ਤੇ ਹੈ ਜਿਹੜਾ ਕਾਂਗਰਸ ਨੂੰ ਇਕੱਠਿਆਂ ਕਰ ਸਕਦੇ ਆ ਜਿਸ ਪੋਜ ਕਿਤੇ ਤੱਕਾ ਹੁੰਦਾ ਹੈ ਇਸ ਪੋਜ ਸਾਡੇ ਇੱਥੇ ਜੀਰੇ ਹਲਕੇ ਦੇ ਕੁਝ ਵਰਕਰ ਜਿਹੜੇ ਆਮ ਆਦਮੀ ਪਾਰਟੀ ਨੇ ਕੁੱਟੇ ਸੀ ਜਿਹੜਾ ਬਾਅਦ ਵਿੱਚ ਵੈਂਟੀਲੇਟਰ ਤੇ ਵਿਰਾਜੀ ਡੈਥ ਹੋਈ ਆ ਉਹਦੇ ਜਦੋਂ ਘਰ ਜਾਂਦੇ ਨੇ ਉਹਨਾਂ ਦੇ ਘਰਦਿਆਂ ਨੂੰ ਹੌਸਲਾ ਮਿਲਿਆ ਵਿਰੋਧੀਆਂ ਨੂੰ ਭਾਜੜਾ ਪਈਆਂ ਪੁਲਿਸ ਫੜਨ ਲੱਗੀ ਆ ਕੱਲ ਅਸੀਂ ਸਨੌਰ ਗਏ ਆ ਉੱਥੇ ਵੀ ਕੋਈ ਵਰਕਰਾਂ ਦਾ ਤੱਕਾ ਹੋਇਆ ਸੀ ਉੱਥੇ ਖੈਰ ਇਹੋ ਜਿਹਾ ਜਦੋਂ ਲੀਡਰ ਜਾਂਦਾ ਵਰਕਰਾਂ ਨੂੰ ਉਤਸ਼ਾਹ ਮਿਲਦਾ ਹੌਸਲਾ ਮਿਲਦਾ ਸਾਨੂੰ ਇਹੋ ਜਿਹੀ ਲੀਡਰ ਦੀ ਲੋੜ ਆ ਹਾਲੇ ਬਹੁਤ ਸਾਰੇ ਲੀਡਰ ਸਾਡੇ ਉਹ ਆਪ ਹੀ ਉਹਨਾਂ ਨੂੰ ਹਾਲੇ ਚਿੰਤਨ ਮੰਥਨ ਵਿੱਚ ਲੱਗੇ ਨੇ ਕਿ ਸਾਨੂੰ ਕੀ ਕਰ ਹਾਰ ਕਿਵੇਂ ਗਏ ਅਸੀਂ ਅਸੀਂ ਕਿਵੇਂ ਬਾਹਰ ਨਿਕਲਣਾ ਤੇ ਮੈਂ ਕਹਿਣਾ ਹੈ ਕਿ ਕਿਤੇ ਦੇਰ ਨਾ ਹੋ ਜਾਏ ਇਹ ਮੈਨੂੰ ਪਤਾ ਹੈ ਕਿ ਆਮ ਆਦਮੀ ਨਾਲੋਂ ਲੋਕਾਂ ਦੇ ਭਲੇਖੇ ਬੜੀ ਛੇਤੀ ਦੂਰ ਹੋ ਜਾਣੇ ਆ ਬਹੁਤ ਛੇਤੀ ਲੋਕਾਂ ਨੇ ਵਾਪਸ ਆਉਣਾ ਸ਼ੁਰੂ ਕਰ ਦੇਣਾ ਉਹਨਾਂ ਲੋਕਾਂ ਨੂੰ ਜੀ ਆਇਆਂ ਕਹਿਣ ਵਾਸਤੇ ਸਾਨੂੰ ਕੋਈ ਤਕੜੀ ਲੀਡਰਸ਼ਿਪ ਦੀ ਲੋੜ ਹੈ ਪਰ ਇਹ ਤਾਂ ਕਾਲੀ ਦਲ ਕੋਲੇ ਵੀ ਹੈ ਨਾ ਫਿਰ ਤਕੜੀ ਲੀਡਰਸ਼ਿਪ ਤਾਂ ਕਾਲੀ ਦਲ ਕੋਲੇ ਆ ਤੇ ਜੇ ਉਧਰ ਨੂੰ ਜੁੜ ਕੇ ਲੋਕ ਜਿਹੜੇ ਆਉਣਗੇ ਵਾਪਸ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਾਲੀ ਦਲ ਦੀ ਮਜਬੂਰੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨਾਂ ਕੋਲੇ ਬਦਲ ਕੋਈ ਨਹੀਂ ਹੈਗਾ। ਹੂੰ। ਮਾਫ ਕਰਨਾ ਮੈਂ ਬੜੀ ਕਲੀਅਰ ਦੀ ਕਹਿਣਾ ਚਾਹੁੰਦਾ ਕਿ ਉਹ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਕਿ ਜੋਜਕ ਜਿਹੜੀ 12 13 ਮੈਂਬਰੀ ਕਮੇਟੀ ਉਹਨਾਂ ਨੇ ਬਣਾਈ ਹੈ ਉਹ ਸਾਰੇ ਜੀ ਹਜ਼ੂਰੀਏ ਨੇ। ਉਹ ਕੋਈ ਕੋਈ ਤਬਦੀਲੀ ਵਾਸਤੇ ਜਦੋਂ ਰਿਪੋਰਟ ਦੇਣਗੇ ਅਲਟੀਮੇਟਲੀ ਰਿਪੋਰਟ ਇਹ ਉਹ ਦੇਣਗੇ ਸਾਰਾ ਘੁੰਮ ਕੇ ਵੇਖ ਲਿਆ ਹੈ। ਸੁਖਬੀਰ ਜੀ ਤੁਹਾਡੇ ਤੋਂ ਬਿਨਾ ਕੋਈ ਬਦਲ ਨਹੀਂ ਹੈਗਾ। ਤੇ ਸੁਖਬੀਰ ਉਹਨਾਂ ਨੇ 노 ਡਾਊਟ ਕਿ ਉਹਨਾਂ ਨੇ ਰਾਜ ਕੇ ਮਿਹਨਤ ਕੀਤੀ ਆ, ਭਜਨਟ ਕੀਤੀ ਆ, ਪੈਸੇ ਵੀ ਲਾਏ ਨੇ, ਸਭ ਕੁਝ ਲਾਏ ਨੇ। ਲੋਕਾਂ 'ਚ ਐਕਸੈਪਟੇਬਿਲਟੀ ਨਹੀਂ ਹੈਗੀ। ਆਕਾਲੀ ਦਲ ਦੇ ਵਰਕਰ ਤਾਂ ਜਰੂਰ ਚਾਣਗੇ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਬਣੇ। ਬਟ ਜਿਹੜਾ ਪੰਜਾਬ ਦਾ ਆਮ ਬੰਦਾ ਹੈ ਜਿਹਨੇ ਜਿਹਨੇ ਮੁੱਖ ਮੰਤਰੀ ਬਣਾਉਣਾ ਹੈ, ਜਿਹਨੇ ਪਸੰਦ ਕਰਨਾ ਹੈ, ਜਿਹੜੇ ਵੋਟਾਂ ਪਾਉਣੀਆਂ ਆ ਉਹ ਸੁਖਬੀਰ ਬਾਦਲ ਨੂੰ ਐਕਸੈਪਟ ਨਹੀਂ ਕਰਦਾ। ਤੇ ਜਦੋਂ ਉਹਨਾਂ ਦੇ ਆਪਣੇ ਮੂੰਹੋਂ ਨਿਕਲ ਗਿਆ ਸੀ ਵੀ ਜਿਹੜੀ ਬੇਅਦਬੀ ਦੇ ਇਸ਼ੂਜ਼ ਜਿਹੜੇ ਜਿਨ੍ਹਾਂ ਨੇ ਕੀਤਾ ਕਰਾਇਆ ਉਹਦਾ ਕੱਖ ਨਾ ਰਵੇ ਤੇ ਲੋਕ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਵੀ ਕੱਖ ਰਿਆ ਹੀ ਨਹੀਂਗਾ। ਦੇਖੋ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਹੈ। ਕਿ ਆਕਾਲੀ ਦਲ ਨੇ ਤਿੰਨ ਥਾਵਾਂ ਤੇ ਪਿਓ ਪੁੱਤਰ ਨੂੰ ਟਿਕਟਾਂ ਇੱਕ ਸਰਦਾਰ ਤੋਤਾ ਸਿੰਘ ਨੂੰ ਦਿੱਤੀ ਇੱਕ ਉਹਦੇ ਮੁੰਡੇ ਨੂੰ ਦਿੱਤੀ ਇੱਕ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਦਿੱਤੀ ਉਹਦੇ بیٹے ਨੂੰ ਦਿੱਤੀ ਇੱਕ ਵੱਡੇ ਬਾਦਲ ਸਾਹ ਨੂੰ ਦਿੱਤੀ ਉਹਦੇ بیٹے ਨੂੰ ਦਿੱਤੇ ਤਿੰਨੇ ਹਾਰ ਗਏ ਇਹ ਜਿਹੜੀਆਂ ਤਿੰਨੇ ਜੋੜੀਆਂ ਸੀ ਇਹ ਪੰਜਾਬ ਦੇ ਵਿੱਚ ਹਾਰ ਗਈਆਂ ਨੇ ਤੇ ਜਦੋਂ ਲੋਕ ਇਹ ਰਾਜਨੀਤੀ ਨੂੰ ਪਸੰਦ ਹੀ ਨਹੀਂ ਕਰਦੇ ਆਪਾਂ ਕਿੰਨੀ ਵਾਰੀ ਤੋਪਾਂ ਕਿੰਨੀ ਵਾਰੀ ਐਕਸਪੈਰੀਮੈਂਟ ਕਰਾਂਗੇ ਹੋਰ ਕਰ ਲਓ ਕਿਹ ਚ ਐਕਸਪੈਰੀਮੈਂਟ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਇੱਕ ਬਹੁਤ ਵੱਡੀ ਪਾਰਟੀ ਹੈ ਔਰ ਹਿੰਦੁਸਤਾਨ ਲੈਵਲ ਤੇ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਨੇ ਔਰ ਅੱਜ ਜੇ ਪੰਜਾਬ ਦੇ ਵਿੱਚ ਕੋਈ ਅਲਖ ਜਗਾ ਸਕਦਾ ਹੈ ਮੈਂ ਅੱਜ ਦੇ ਦੌਰ ਚ ਕਹਿੰਦਾ ਮੇਰੀ ਜਾਤੀ ਤੌਰ ਤੇ ਕੋਈ ਰਿਸ਼ਤੇਦਾਰੀ ਨਹੀਂ ਸਤਨਵਜੋਤ ਸਿੰਘ ਸਿੱਧੂ ਨਾਲ ਜਾਤੀ ਤੌਰ ਤੇ ਮੇਰੀ ਕੋਈ ਲਾਈਕਿੰਗ ਡਿਸਲਾਈਕਿੰਗ ਹੋ ਸਕਦੀ ਹੈ ਪਰ ਅੱਜ ਜੇ ਕੋਈ ਅਲਖ ਜਗਾ ਸਕਦਾ ਉਹ ਸਤਨਵਜੋਤ ਸਿੰਘ ਸਿੱਧੂ ਜਗਾ ਸਕਦਾ ਔਰ ਉਹਨਾਂ ਵਿੱਚ ਗੱਲ ਕਰਨ ਦਾ ਤਰੀਕਾ ਵੀ ਹੈ ਲੈ ਜਾਵੀ ਹੈ ਔਰ ਜਿਹੋ ਜਿਹੇ ਲੋਕ ਗੱਲ ਸੁਨਣਾ ਚਾਹੁੰਦੇ ਉਹਨਾਂ ਕੋਲ ਤਰੀਕਾ ਵੀ ਹੈ ਤੇ ਇਹ ਕਾਫੀ ਫਰਕ ਪੈ ਸਕਦਾ ਪਰ ਗਿੱਲ ਸਾਬ ਇਹ ਕੇਵੀ ਵੀ ਤਾਂ ਹੋਊਗਾ ਨਾ ਵੀ ਜਿੰਨਾ ਕਲੇਸ਼ ਆ ਜਿਹੜਾ ਬੰਦਾ ਹਰ ਇੱਕ ਦਾ ਮੂੰਹ ਆਪਦੇ ਇੱਕ ਵੱਖਰੀ ਦਿਸ਼ਾ ਜੀ ਹੈ ਉਹਨਾਂ ਨੂੰ ਇਕੱਠੇ ਲਿਆਉਣ ਦੀ ਕੀ ਉਹ ਜਿਹੜੀ ਸਮਝ ਜਾਂ ਟਰਮਾਗਾ ਉਹ ਵੀ ਨਵਜੋਤ ਸਿੰਘ ਸਿੱਧੂ ਚਾਹੀਦਾ ਤੇ ਵੇਖੋ ਕੁਝ ਨਾ ਕੋਈ ਤਬਦੀਲੀਆਂ ਤੇ ਉਹਨਾਂ ਨੂੰ ਵੀ ਕਰਦੀਆਂ ਪੈਣਗੀਆਂ ਤਬਦੀਲੀਆਂ ਕਰਕੇ ਆਪਣੀ ਸੋਚ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ ਸਾਰਿਆਂ ਨੂੰ ਨਾਲ ਲੈਣਾ ਪਏਗਾ ਮਾ ਬੰਦਾ ਮਾਨ ਸਤਕਾਰ ਸੀਨੀਅਰ ਲੀਡਰ ਉਹਨਾਂ ਨੂੰ ਦੇਣਾ ਪਏਗਾ ਵਰਕਰ ਨੂੰ ਵੀ ਪਿਆਰ ਕਰਨਾ ਪਏਗਾ ਗਲਵਕੜੀ ਵਿੱਚ ਲੈਣਾ ਪਏਗਾ ਜੇ ਅਤੀਤ ਵਿੱਚ ਕੋਈ ਮਾੜੀਆਂ ਮੋਟੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਦੂਰ ਕਰਨਾ ਪਏਗਾ ਸਾਰਾ ਕੁਝ ਕਰਨਾ ਪਏਗਾ ਔਰ ਮੈਂ ਸਮਝਦਾ गिवन ਸਿਚੁਏਸ਼ਨ ਦੇ ਵਿੱਚ ਮੈਂ 8-10 ਨਾਵਾਂ ਦਾ ਜਦੋਂ ਜ਼ਿਕਰ ਕਰਦਾ ਜਾਂ ਆਪਣੇ ਜੀਨ ਵਿੱਚ ਲਿਆਉਣਾ ਉਸ ਵਿੱਚ ਮੈਨੂੰ ਥੋੜੀ ਜਾਬਦੀ ਹੈ ਕਿ ਲੈਸੇਰੀਵਲ ਕਹਿ ਲਈਏ ਮੌਜੂਦਾ ਸਮੇਂ ਦੇ ਵਿੱਚ ਜਾਂ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਉਹ ਕਰ ਸਕਦਾ ਹੈ ਕਿ ਜਿਹੜਾ ਪੰਜਾਬ ਤੋਂ ਬਾਹਰ ਵੀ ਆਪਣੀ ਗੱਲ ਲੋਕਾਂ ਨੂੰ ਸਮਝਾ ਸਕਦਾ ਹੈ ਪੰਜਾਬ ਦੇ ਪਿੰਡੂ ਲੋਕਾਂ ਨੂੰ ਆਪਣੀ ਗੱਲ ਸਮਝਾ ਸਕਦਾ ਔਰ ਮੈਂ ਇੱਕ ਬੇਨਤੀ ਕਰਾਂ ਕਿ ਪੰਜਾਬ ਨਾ ਇੱਕ ਬੜਾ ਸੈਂਸਿਟਿਵ ਸਟੇਟ ਹੈ ਇਹ ਦਿੱਲੀ ਨਹੀਂਗਾ ਇਹ ਭਲੇਖਾ ਹੈ ਨਾ ਉਹ ਸਰ ਆ ਭਗਵਾਨ ਸਿੰਘ ਮਾਨ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਵੀ ਇੱਥੇ ਸ਼ਾਇਦ ਫੋਟੋਆਂ ਦੀ ਅਦਲੀ ਬਦਲੀ ਕਰਕੇ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ ਨੋ ਡਾਊਟ ਕਿ ਸਰਦਾਰ ਭਗਤ ਸਿੰਘ ਬਹੁਤ ਸਨਮਾਨਜਨਕ ਉਹਨਾਂ ਦਾ ਥਾਂ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਥਾਂ ਆ ਔਰ ਡਾਕਟਰ ਪੀਮਰਾਓ ਅੰਬੇਦਕਰ ਦਾ ਬਹੁਤ ਵੱਡਾ ਥਾਂ ਆ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪਰ ਮੈਂ ਬੇਨਤੀ ਕਰਾਂ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਨੂੰ ਰਿਪਲੇਸ ਕਰਕੇ ਆਪਾਂ ਉੱਥੇ ਉਹ ਲਾਉਂਦੇ ਆ ਤੇ ਕੁਝ ਲੋਕ ਰਹੇਗੇ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਹੋਏ ਨੇ ਉਹਨਾਂ ਦੀ ਕੰਟਰੀਬਿਊਸ਼ਨ ਇੰਟਰਨੈਸ਼ਨਲ ਲੈਵਲ ਤੇ ਕਦੇ ਕਿਸੇ ਨੇ ਰੱਦ ਨਹੀਂ ਕੀਤੀ ਔਰ ਮੈਂ ਇੱਕ ਬੇਨਤੀ ਕਰਾਂ ਕਿ ਦਿਖਾਇਆ ਜਾਂਦਾ ਹੈ ਕਿ ਉਹ ਵੇਖੋ ਜੀ ਜਿਹੜਾ ਕਮੇਟੀ ਹਾਲ ਉਥੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੈ ਬਟ ਮੈਂ ਐਮਐਲਏ ਰਿਆਵਾ ਇੱਕ ਫੋਟੋ ਉਥੇ ਲੱਗੀ ਸੀ ਇੱਕ ਸੀਐਮ ਦਫਤਰ ਦੇ ਵਿੱਚ ਲੱਗੀ ਸੀ ਜਿੱਥੇ ਸੀਐਮ ਸਾਹਿਬ ਦਾ ਜਿੱਥੇ ਸੀਐਮ ਸਾਹਿਬ ਦੀ ਕੁਰਸੀ ਉਹਦੇ ਪਿਛਲੇ ਪਾਸੇ ਲੱਗੀ ਸੀ ਮੈਂ ਨਾ ਇਹ 'ਚ ਕੋਈ ਸ਼ੱਕ ਨਹੀਂ ਭਗਤ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਹੈ ਡਾਕਟਰ ਪੀਮਰਾਓ ਅੰਬੇਦਕਰ ਦੀ ਫੋਟੋ ਲੱਗਣੀ ਚਾਹੀਦੀ ਹੈ ਕਿਸੇ ਹੋਰ ਸਨਮਾਨਜੰਗ ਤਰੀਕੇ ਨਾਲ ਲੱਗਣੀ ਚਾਹੀਦੀ ਹੈ ਬਟ ਜੇ ਆਪਾਂ ਕਹੀਏ ਕਿ ਉਸ ਇੱਕ ਦੀਵਾਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਤਾਰ ਕੇ ਆਪਾਂ ਦੋ ਲਾਵਾਂਗੇ ਇਹ ਮੇਰਾ خیال ਕੋ ਲੋਕਾਂ ਨੇ ਚੰਗਾ ਨਹੀਂ ਪਰ ਵੈਸੇ ਚਲੋ ਕਿਸੇ ਦੀ ਵੀ ਆ ਫੋਟੋਆਂ ਨਾਲ ਫਰਕ ਪੈਂਦਾ ਕਿਉਂਕਿ ਮੈਂ ਕਾਲੀ ਦਲ ਦੀ ਪਹਿਲੀ ਸਰਕਾਰ ਜਦੋਂ ਆਈ ਆ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਮਹਾਰਾਜਾ ਰਜੀਤ ਸਿੰਘ ਵਾਂਗ ਰਾਜਦੇਵ ਦੀ ਕੋਸ਼ਿਸ਼ ਕਰਾਂਗੇ ਮੈਂ ਇੱਕ ਬੇਨਤੀ ਕਰਾਂ ਫੋਟੋਆਂ ਨਾਲ ਫਰਕ ਨਹੀਂ ਪੈਂਦਾ ਬਟ ਸਾਨੂੰ ਘਟੋ ਘਾਟੇ ਜਿੰਝ ਜ਼ਰੂਰ ਰਹਿੰਦੀ ਆ ਕਿ ਇਹ ਇਹ ਚ ਕੋਈ ਸ਼ੱਕ ਨਹੀਂ ਕਿ ਸਾਰਾ ਭਗ ਸਿੰਘ ਦਾ ਬਹੁਤ ਸਤਿਕਾਰ ਹੋਣਾ ਚਾਹੀਦਾ ਡਾਕਟਰ ਪੀਮਰਾਓ ਅੰਬੇਦਕਰ ਅਸੀਂ ਤੇ ਪੱਟੀ ਦੇ ਵਿੱਚ ਉਹਨਾਂ ਦੇ ਨਾਂ ਤੇ ਪਾਰਕ ਵੀ ਬਣਾਇਆ ਬਹੁਤ ਸਤਿਕਾਰ ਹੋਣਾ ਚਾਹੀਦਾ ਮਤਲਬ ਕਿ ਆਪਾਂ ਨੂੰ ਕਿਸੇ ਦੀ ਭਾਵਨਾ ਨੂੰ ਠੇਸ ਪ ਕਿਵੇਂ ਲੱਗ ਰਿਹਾ ਜਿਵੇਂ ਸਰਕਾਰ ਨੇ ਸ਼ੁਰੂ ਕੀਤਾ ਪਰਫਾਰਮੈਂਸ ਦੇਖੋ ਹਾਲੇ ਤੱਕ ਤਾਂ ਪਰਫਾਰਮੈਂਸ ਵਾਲੀ ਗੱਲ ਕੋਈ ਦਸੀ ਨਹੀਂ ਗਈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਪਰਸੋਂ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਐਕਟ ਕਰ ਰਹੇ ਸੀ ਉਹ ਤਾਂ ਮੈਨੂੰ ਐ ਲੱਗਦਾ ਸੀ ਵੀ ਜਿਵੇਂ ਕਿਸੇ ਸਕੂਲ ਦੇ ਵਿੱਚ ਟੀਚਰ ਬੱਚਿਆਂ ਨੂੰ ਬਾਰ-ਬਾਰ ਦਬਕੇ ਮਾਰ ਕੇ ਬਿਠਾਵੇ ਇਸ ਤਰ੍ਹਾਂ ਐਕਟ ਕਰ ਰਹੇ ਸੀ ਇੱਕ ਦੇਖੋ ਸੀਐਮ ਦਾ ਔਰਾ ਸੀਐਮ ਦਾ ਸਟੇਟਸ ਉਹ ਤਾਂ ਬਹੁਤ ਵੱਡਾ ਸਟੇਟਸ ਹੁੰਦਾ ਹੈ ਉਹਨਾਂ ਨੂੰ ਕਿਸੇ ਕਿਸੇ ਗੱਲ ਤੇ ਇੰਟਰਵੈਨ ਕਰਕੇ ਬੋਲਣਾ ਚਾਹੀਦਾ ਹਰ ਇੱਕ ਗੱਲ ਤੇ ਆਪਾਂ ਆਪਣੇ ਸਹਿਯੋਗੀ ਕਲੀਗ ਐਮ ਐਲ ਏ ਨੂੰ ਦਬਕਾ ਮਾਰੀਏ ਜਾਂ ਡਰਾਉਣ ਦੀ ਕੋਸ਼ਿਸ਼ ਕਰੀਏ ਇਹ ਨਹੀਂ ਗੱਲਾਂ ਚਾਹੀਦੀਆਂ ਬੜੇ ਸੰਜੀਦਾ ਮਸਲੇ ਨੇ ਔਰ ਸਰਹਰਪਾਲ ਸਿੰਘ ਉਹਨਾਂ ਨੇ ਜਦੋਂ ਉੱਥੇ ਸ਼ੁਰੂ ਕੀਤਾ ਇਹਦੇ ਫਾਈਨਲ ਮੈਮਲਟਰ ਨੇ ਤੇ ਉਹਨਾਂ ਨੇ ਸ਼ੁਰੂ ਕਰਕੇ ਕਿਹਾ ਵੀ ਹੁਣ ਤੁਹਾਡੀ ਬਦਮਾਸ਼ੀ ਨਹੀਂ ਚੱਲਣੀ ਹਾਲੇ ਕੋਈ ਤੇ ਬਦਮਾਸ਼ੀ ਵਾਲੀ ਗੱਲ ਕੋ ਹੋਈ ਨਹੀਂ ਸੀਗੀ ਮਤਲਬ ਇਸ ਕਿਸਮ ਦਾ ਮਤਲਬ ਕਿ ਸਨਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗੱਲ ਦੱਸੋ ਇਹ ਮੁੱਦਾ ਜਿਹੜਾ ਚੰਡੀਗੜ੍ਹ ਵਾਲਾ ਮੁੱਦਾ ਹੈ ਜਾਂ BBMP ਵਾਲਾ ਮੁੱਦਾ ਹੈ ਠੀਕ ਆ ਅਸੀਂ ਠਾ ਰਹੇ ਆ ਪੰਜਾਬ ਦੀ ਅਸੈਂਬਲੀ ਦੇ ਵਿੱਚ ਮਤੇ ਪਾਸ ਕਰ ਰਹੇ ਆ ਪਰ ਲੋਕ ਇਹ ਵੀ ਤੇ ਪੁੱਛਣਗੇ ਕਿ ਜਦੋਂ ਭਗਵੰਤ ਮਾਨ ਜੀ ਗਏ ਸੀ ਪ੍ਰਧਾਨ ਮੰਤਰੀ ਜੀ ਕੋ ਉਦੋਂ ਕਿਉਂ ਨਹੀਂ ਠਾਇਆ ਮੁੱਦਾ BBMP ਦਾ ਉਦੋਂ ਕਿਹਨੇ ਚੰਡੀਗੜ੍ਹ ਦਾ ਠਾਇਆ ਉਦੋਂ ਤਾਂ ਅਸੀਂ ਕਹਿ ਲਾਪੇ ਵੀ ਸਾਨੂੰ 1 ਲੱਖ ਕਰੋੜ ਰੁਪਏ ਜੇਦੋਂ ਦੇ ਦਿਓ ਮਤਲਬ ਇਹ ਮਤ ਸਮਝੋ ਕਿ ਅਸੀਂ ਜਿਹੜੇ ਜੋ ਲੋਕ ਹੈ ਨਾ ਅਸੀਂ 24 ਘੰਟੇ ਅੰਡਰ ਸਰਵੇਲੈਂਸ ਹੈ ਲੋਕ ਛੜਦੇ ਸੀਸੀਟੀਵੀ ਕੈਮਰੇ ਲਾ ਕੇ ਬੈਠੇ ਨੇ ਵੀ ਕੀ ਬੋਲਦੇ ਨੇ ਕੀ ਲਫ਼ਜ਼ ਗੱਲ ਕਰਦੇ ਆ ਇਹ ਸਾਰੀਆਂ ਗੱਲਾਂ ਨੂੰ ਬੜੇ ਧਿਆਨ 'ਚ ਸੰਜੀਦਗੀ ਦੀ ਲੋੜ ਹੈ ਇੱਥੇ ਦੇਖੋ ਰਾਗਵ ਚੱਡਾ ਜੀ ਸਾਡੇ ਰਾਜ ਸਭਾ ਦੇ ਮੈਂਬਰ ਬਣੇ ਨੇ ਤੇ ਰਾਗਵ ਚੱਡਾ ਜੀ ਪਰਾਲੀ ਦੇ ਧੂਏ ਬਾਰੇ ਦਿੱਲੀ ਬੈਠ ਕੇ ਜੋ ਗੱਲਾਂ ਕਰਦੇ ਰਿਹਾ ਉਹ ਵੀ ਸੋਚਣ ਦੀ ਲੋੜ ਹੈ ਰਾਗਵ ਚੱਡਾ ਜੀ ਜਾਂ ਪੰਜਾਬ ਦੇ ਪਾਣੀਆਂ ਬਾਰੇ ਗੱਲ ਕਰਦੇ ਉਹ ਵੀ ਸੋਚਣ ਦੀ ਲੋੜ ਹੈ ਕੱਲ ਨੂੰ ਪਾਣੀਆਂ ਦਾ ਮਸਲਾ ਵੀ ਆਉਣਾ ਹੈ ਕੱਲ ਨੂੰ ਕਹਿੰਦੇ ਨੇ ਦਿੱਲੀ ਨੂੰ ਵੱਧ ਪਾਣੀ ਚਾਹੀਦਾ ਕੱਲ ਨੂੰ ਕੱਲ ਉਹ ਝੋਨਾ ਜਦੋਂ ਲੱਗਣਾ ਫੇਰ ਕਹਿੰਦਾ ਪ੍ਰਾਲੀ ਦਾ ਧੂਆਂ ਉਧਰ ਦਿੱਲੀ ਵਿੱਚ ਜਾਂਦਾ ਗੱਲਾਂ ਕਰਦੇ ਰਹੇ ਨੇ ਜਿਹੜੇ ਪੰਜਾਬ ਦੇ ਤੇ ਦਿੱਲੀ ਦੇ ਜਿਹੜੇ ਇਸ਼ੂਜ਼ ਕਲੈਸ਼ ਕਰਦੇ ਉਹਨਾਂ ਉੱਪਰ ਧਿਆਨ ਦੇਣਾ ਚਾਹੀਦਾ ਦੇਖੋ ਜਿਹੜੀ ਠੀਕ ਹੈ ਰਾਗਵ ਚੱਡਾ ਜੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੀ ਕਰਦੇ ਮਾਡਲਿੰਗ ਕਰਦੇ ਕੀ ਕਰਦੇ ਉਹਨਾਂ ਨੂੰ ਮੁਬਾਰਕ ਆ ਬਟ ਪੰਜਾਬ ਚੋਂ ਰਾਜ ਸਭਾ ਮੈਂਬਰ ਬਣ ਕੇ ਤੇ ਕਿਸੇ ਰੈਂਪ ਤੇ ਜਾ ਕੇ ਮਾਡਲਿੰਗ ਕਰਨੀ ਚੰਗਾ ਨਹੀਂ ਲੱਗਿਆ ਲੋਕਾਂ ਨੂੰ ਹੋ ਸਕਦਾ ਉਹਨਾਂ ਨੂੰ ਚੰਗਾ ਲੱਗਿਆ ਹੋਵੇ ਉਹਨਾਂ ਦੀ ਫੈਨ ਫਾਲੋਇੰਗ ਹੋਵੇ ਬਟ ਲੋਕਾਂ ਨੇ ਚੰਗਾ ਨਹੀਂ ਲੱਗਿਆ ਇੱਥੇ ਬਹੁਤ ਹੀ ਸੁਹਿਰਦਤਾ ਦੀ ਲੋੜ ਆ ਬੜੀ ਸੈਂਸਰਿਟੀ ਦੀ ਲੋੜ ਆ ਬੜੇ ਸਾਰੇ ਇਸ਼ੂਜ਼ ਨੇ ਉਹਨਾਂ ਬਾਰੇ ਬੋਲਣ ਦੀ ਲੋੜ ਆ ਠੀਕ ਹੈ ਕੇਜਰੀਵਾਲ ਸਾਹਿਬ ਦੇ ਘਰ ਤੇ ਹਮਲਾ ਹੋਇਆ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਬੋਲਣਾ ਚਾਹੀਦਾ ਬਟ ਪੰਜਾਬ ਦੇ ਜਿੱਡੇ ਮੁੱਦੇ ਨੇ ਉਹਨਾਂ ਬਾਰੇ ਵੀ ਤੇ ਆਪਾਂ ਨੂੰ ਬੋਲਣਾ ਚਾਹੀਦਾ ਨਾ ਅੱਜ ਦੇਖੋ ਲੋਕ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਰਾਜ ਸਭਾ ਦੇ ਮੈਂਬਰਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਅਸੀਂ ਪੰਜ ਲੱਭੇ ਨੇ ਤੇ ਪੰਜਾਂ ਦੇ ਵਿੱਚੋਂ ਮੇਰਾ ਨਹੀਂ ਖਿਆਲ ਕਿ ਕੋਈ 5 ਮਿੰਟ ਵੀ ਰਾਜ ਸਭਾ ਜਾ ਕੇ ਪੰਜਾਬ ਦੇ ਕਿਸੇ ਮੁੱਦੇ ਬਾਰੇ ਬੋਲ ਸਕਦੇ ਹੋਣ ਗੱਲਾਂ ਦੇ ਹੋਰ ਹੀ ਕਰਨੀਆਂ ਤੇ ਉਹਨਾਂ ਇਹ ਸਿਲੈਕਸ਼ਨ ਦਾ ਕਾਰਨ ਕੀ ਹੈ ਕੇਜਰੀਵਾਲ ਸਾਹਿਬ ਕੀ ਸੋਚਦੇ ਨੇ ਇੱਕ ਦਿਨ ਪਹਿਲਾਂ ਸਾਰੇ ਐਮਐਲਏ ਇਕੱਠੇ ਕਰਕੇ ਕਿਉਂ ਦਵਕੇ ਮਾਰੇ ਗਏ ਖੈਰ ਪ੍ਰਮਾਤਮਾ ਜਾਣਦਾ ਬਟ ਇਹਨਾਂ ਜਿਹੜਾ ਪਹਿਲਾ ਟੈਸਟ ਸੀਗਾ ਪਹਿਲਾ ਇਮਤਿਹਾਨ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋਈ ਹੈ ਰਾਜ ਸਭਾ ਦੇ ਵਿੱਚ ਬੇਸ਼ੱਕ ਪਿਛਲਿਆਂ ਨੇ ਕੁਝ ਕੀਤਾ ਕਿ ਨਹੀਂ ਕੀਤਾ ਬਟ ਅੱਜ ਲੋਕ ਚਾਹੁੰਦੇ ਆ ਕਿ ਜਦੋਂ ਵੀ ਬਿੱਲ ਸਾਡੇ ਵੱਡੇ ਹਾਊਸ ਵੇ ਜਾਂਦਾ ਹੈ ਸਾਡਾ ਰਾਜ ਸਭਾ ਦਾ ਮੈਂਬਰ ਉੱਥੇ ਕੰਸੈਂਟ ਜਾਂ ਡਿਸਕੰਸੈਂਟ ਜ਼ਰੂਰ ਦੇਵੇ ਵੀ ਅਸੀਂ ਇਹਦੇ ਸਹਿਮਤ ਆ ਜਾਂ ਨਹੀਂ ਸਹਿਮਤ ਗੱਲ ਇਸ ਗੱਲ ਦੀ ਹੁੰਦੀ ਹੈ ਕਿਉਂਕਿ ਲੋਕ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨੇ ਜਦੋਂ 370 ਧਾਰਾ ਤੋੜੀ ਹੈ ਭਾਰਤੀ ਜਨਤਾ ਪਾਰਟੀ ਨੇ ਉਸ ਗੱਲ ਦੀ ਹਮਾਇਤ ਕੀਤੀ ਹੈ ਜਦੋਂ ਉਹ ਦੂਸਰਾ ਐਮੈਂਡਮੈਂਟ ਬਿੱਲ ਸੀਗਾ ਨਾਗਰਿਕਤਾ ਐਮੈਂਡਮੈਂਟ ਬਿੱਲ ਉਹਦੇ ਵਿੱਚ ਵੀ ਬੀਜੇਪੀ ਦੀ ਹਮਾਇਤ ਕੀਤੀ ਹੈ ਸਾਨੂੰ ਇਹ ਡਰ ਰਿਹਾ ਕਿ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਆ ਉਹ ਕਿਤੇ ਕੇਜਰੀਵਾਲ ਸਾਹਿਬ ਦੇ ਇਸ਼ਾਰੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੈਸਲਿਆਂ ਦੀ ਹਾਂ ਵਿੱਚ ਹਾਂ ਨਾ ਮਲਾਉਣ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸੋਚ ਆ ਠੀਕ ਆ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ ਉਸ ਸੋਚ ਨੂੰ ਪ੍ਰੋਜੈਕਟ ਕਰਨ ਰਾਜ ਸਭਾ ਦੇ ਵਿੱਚ ਆ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇ ਦਿੱਤਾ ਥੈਂਕ ਯੂ ਇਸ ਤਰ੍ਹਾਂ ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਜੁੜੇ ਰਹੋ ਅਖਰ ਦੇ